ਆਫੇ ਰੋਹੀ ਕੰਮ ਕਰਤਾ ਨਾ ਯੂਨੀਵਰਸਿਟੀ ਨੇ ਸਾਰੇ ਪਰੇਸ਼ਾਨ ਨੇ ਯੂਨੀਵਰਸਿਟੀ ਤੋਂ ਪਰ ਫਿਰ ਵੀ ਇਹ ਯੂਨੀਵਰਸਿਟੀ ਉਹੀ ਕੰਮ ਕਰ ਰਹੀ ਆ ਜਿਹਦੇ ਤੋਂ ਵਿਦਿਆਰਥੀ ਹੁੰਦੇ ਨੇ ਪਰੇਸ਼ਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਾਲੇ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਮਸਤੇ ਅਸਲਾਮ ਵਾਲੇਕਮ ਗਰੀਟਿੰਗਸ ਆਫ ਦਾ ਡੇ ਵਿਦਿਆਰਥੀ ਸਾਥੀਓ ਡਿਸਟੈਂਸ ਐਜੂਕੇਸ਼ਨ ਡਿਪਾਰਟਮੈਂਟ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵੈਬਸਾਈਟ ਜਿਹੜੀ ਆ ਉਹਦੇ ਤੋਂ ਆਪਾਂ ਗੱਲ ਕਰਾਂਗੇ ਇੱਕ ਅਜਿਹੀ ਸੂਚਨਾ ਦੀ ਜਿਹੜੀ ਸੂਚਨਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਹੀ ਸ਼ੋਭਦੀ ਹੈ ਤੇ ਇਹਦੀ ਉਮੀਦ ਵੀ ਤੁਸੀਂ ਉਹਦੇ ਤੋਂ ਹੀ ਕਰ ਸਕਦੇ ਹੋ ਬਹੁਤ ਹੀ ਪੁਰਾਣੀ ਔਰ ਬਹੁਤ ਵਧੀਆ ਯੂਨੀਵਰਸਿਟੀ ਜਿਹੜੀ ਮੰਨੀ ਜਾਂਦੀ ਹੈ ਪੜਾਉਣ ਵਾਲੇ ਅਧਿਆਪਕ ਬਹੁਤ ਚੰਗੇ ਨੇ ਸਿਲੇਬਸ ਬਹੁਤ ਸੋਹਣਾ ਬਣਦਾ ਪਰ ਕੁਝ ਕ ਨੀਤੀਆਂ ਜਿਹੜੀਆਂ ਨੇ ਉਹ ਵਿਦਿਆਰਥੀਆਂ ਲਈ ਬਹੁਤ ਹੀ ਨੁਕਸਾਨਦਾਇਕ ਹੁੰਦੀਆਂ ਨੇ ਵਿਦਿਆਰਥੀਆਂ ਨੂੰ ਬਹੁਤ ਹੀ ਤੰਗ ਕਰਨ ਵਾਲੀਆਂ ਹੁੰਦੀਆਂ ਨੇ ਜਿਵੇਂ ਕਿ ਹੁਣ ਤੁਸੀਂ ਆ ਖਬਰ ਪੜੋ ਸੂਚਨਾ ਇਸ ਸੂਚਨਾ ਦੇ ਵਿੱਚ ਕਹਿੰਦੇ ਕਿ ਅੰਤਿਮ ਮਿਤੀ ਜਿਹੜੇ ਆ ਬੋਲਡ ਅੱਖਰ ਨੇ ਤੁਸੀਂ ਉਹ ਧਿਆਨ ਨਾਲ ਪੜ੍ਹਨੇ ਨੇ ਕਿ ਅੰਤਿਮ ਮਿਤੀ 5000 ਰੁਪਏ ਲੇਟ ਫੀਸ ਨਾਲ 27 11 2020 ਕੀਤੀ ਗਈ ਹੈ ਕਿਉਂ ਕਰ ਦਿੱਤੀ ਗਈ ਹੈ ਕਿਉਂਕਿ 28 29 30 ਨਵੰਬਰ ਦੀਆਂ ਸਰਕਾਰੀ ਛੁੱਟੀਆਂ ਹਨ ਹੁਣ ਤੁਸੀਂ ਇਹ ਧਿਆਨ ਨਾਲ ਦੇਖੋ ਵੀ ਉਹਨਾਂ ਨੇ ਅੰਤਿਮ ਮਿਤੀ ਜਿਹੜੀ 5000 ਰੁਪਏ ਲੇਟ ਫੀਸ ਨਾਲ 27 11 2020 ਤੱਕ ASCII ਵਿਦਿਆਰਥੀਆਂ ਨੂੰ ਹੱਕ ਸੀ ਕਿ ਅ ਵਿਦਿਆਰਥੀ 30 ਤਰੀਕ ਤੱਕ ਕਰ ਸਕਦੇ ਸੀ UGC ਨੇ 30 ਨਵੰਬਰ ਤੱਕ ਦਾਖਲਾ ਪ੍ਰਕਿਰਿਆ ਪੂਰੀ ਕਰਨ ਲਈ ਇਹਨਾਂ ਨੂੰ ਕਿਹਾ ਸੀਗਾ ਪਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇੱਕ ਵਾਰੀ ਫੇਰ ਵਿਦਿਆਰਥੀਆਂ ਦੇ ਲਈ ਲਿਆਂ ਦਾ ਹੈ ਬਹੁਤ ਵੱਡਾ ਛਟਕਾ ਇੱਕ ਪੁਚਾਲ ਹੀ ਆ ਗਿਆ ਹੈ ਕਿਉਂਕਿ ਉਹਨਾਂ ਨੇ ਕਰ ਦਿੱਤੀ ਹੈ 30 ਤਰੀਕ ਤੋਂ 27 ਤਰੀਕ ਤੇ ਕਾਰਨ ਉਹਨਾਂ ਨੇ ਦੱਸਿਆ ਕਿ ਜੀ 28 29 30 ਨਵੰਬਰ ਦੀਆਂ ਸਰਕਾਰੀ ਛੁੱਟੀਆਂ ਹਨ ਫਾਰਮ ਜਿਹੜੇ ਨੇ ਆਨਲਾਈਨ ਭਰੇ ਜਾ ਰਹੇ ਨੇ ਕਿਉਂਕਿ कोरोना ਦਾ ਪੀਰੀਅਡ ਚੱਲਦਾ ਹੈ ਜ਼ਿਆਦਾਤਰ ਫਾਰਮਸ ਜਿਹੜੇ ਨੇ ਜ਼ਿਆਦਾਤਰ ਕੇ 올ਡ ਆਲਮੋਸਟ ਸਾਰੇ ਹੀ ਫਾਰਮ ਜਿਹੜੇ ਨੇ ਪ੍ਰਾਈਵੇਟ ਤੇ ਡਿਸਟੈਂਸ ਐਜੂਕੇਸ਼ਨ ਵਾਲੇ ਉਹ ਆਨਲਾਈਨ ਹੀ ਭਰੇ ਜਾਂਦੇ ਨੇ ਤੇ ਆਨਲਾਈਨ ਫਾਰਮ ਹੋਣ ਦੇ ਬਾਵਜੂਦ ਵੀ ਇਹ ਕਹਿੰਦੇ ਜੀ ਸਾਡੀਆਂ 3 ਦਿਨ ਛੁੱਟੀਆਂ ਹੁੰਦੀਆਂ ਨੇ ਇਸ ਲਈ ਅਸੀਂ ਕੀਤਾ ਹੈ ਤੇ ਇਸ ਲਈ ਉਹ ਕਹਿੰਦੇ ਅੰਤਿਮ ਦਾਖਲੇ ਦੀ ਅੰਤਿਮ ਮਿਤੀ ਜਿਹੜੀ ਹੈ 27/11/2020 ਹੈ ਅਤੇ ਇਸ ਤੋਂ ਬਾਅਦ ਕੋਈ ਵੀ ਦਿਨ ਫਾਰਮ ਫੀਸ ਭਰਨ ਲਈ ਨਹੀਂ ਦਿੱਤਾ ਜਾਵੇਗਾ ਤਾਂ ਹਾਂਜੀ ਵਿਦਿਆਰਥੀ ਸਾਥੀਓ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਏ ਖਬਰ ਹੈ ਆਫੀਸ਼ੀਅਲ ਵੈਬਸਾਈਟ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਕਿ 27 ਨਵੰਬਰ ਹੀ ਆਖਰੀ ਤਰੀਕ ਹੈ 3 ਨਵੰਬਰ ਤੱਕ ਤੁਹਾਨੂੰ ਸਮਾਂ ਨਹੀਂ ਦਿੱਤਾ ਜਾਊਗਾ ਕਿਉਂਕਿ 28 29 30 ਦੀਆਂ ਛੁੱਟੀਆਂ ਹਨ ਹੁਣ ਇੱਕ ਖਬਰ ਹੋਰ ਜਿਹੜੀ ਆਪਾਂ ਗੱਲ ਕਰਦੇ ਹਾਂ ਕਿ ਸਾਰੇ ਕੋਰਸਾਂ ਦੀ 27 ਤਰੀਕ ਹੈ ਤੇ ਬੀਐਡ ਜਿਹੜਾ ਪਹਿਲਾ ਸੈਮਿਸਟਰ ਹੈ ਉਹ 16 ਨਵੰਬਰ ਸੀ ਹੁਣ ਇੱਕ ਇਹ ਵੈਬਸਾਈਟ ਜਿਹੜੀ ਹੈ ਇਹਦਾ ਮੈਂ ਲਿੰਕ ਜਿਹੜਾ ਹੈ ਉਹ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੂੰਗਾ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਤੇ ਉਸ ਡਿਸਕ੍ਰਿਪਸ਼ਨ ਨੂੰ ਤੁਸੀਂ ਧਿਆਨ ਨਾਲ ਪੜ ਲੈਣਾ ਹੈ ਤੇ ਉਸ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਹੋਊਗਾ ਇਸ ਲਿੰਕ ਤੇ ਕਲਿੱਕ ਕਰੋਗੇ ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਤੇ ਇਸ ਇਸੇ ਹੀ ਵੈਬਸਾਈਟ ਦੇ ਲਿੰਕ ਦੇ ਉੱਤੇ ਪਿਆ ਦਾਖਲਾ ਕੰਪਰੀਖਿਆ ਫਾਰਮ ਤੇ ਇੱਥੇ ਤੁਸੀਂ ਕਲਿੱਕ ਕਰੋਗੇ ਤਾਂ ਦਾਖਲਾ ਕੰਪਰੀਖਿਆ ਫਾਰਮ ਖੁੱਲ ਜਾਊਗਾ ਉਹ ਤੋਂ ਤੁਸੀਂ ਦਾਖਲਾ ਪਰਣਾ ਹੈ ਉਹਦੀ ਪੂਰਾ ਵੇਰਵਾ ਜਿਹੜਾ ਹੈ ਉਹ ਅਸੀਂ ਅਗਲੀ ਵੀਡੀਓ ਦੇ ਵਿੱਚ ਦਵਾਂਗੇ ਤਦ ਤੱਕ ਦੇ ਲਈ ਸਾਡੇ ਨਾਲ ਜੁੜੇ ਰਹੋ ਬਹੁਤ ਬਹੁਤ ਧੰਨਵਾਦ ਇੱਥੇ ਤੱਕ ਵੀਡੀਓ ਦੇਖਣ ਲਈ ਜੇ ਤੁਸੀਂ ਇੱਥੇ ਤੱਕ ਵੀਡੀਓ ਦੇਖ ਹੀ ਲਈ ਆ ਤਾਂ ਫਟਾਫਟ ਜਾ ਕੇ ਸਬਸਕ੍ਰਾਈਬ ਜਰੂਰ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਨੂੰ ਮੋਟੀਵੇਸ਼ਨ ਮਿਲੇਗੀ ਨਾਲ ਹੀ ਸਾਨੂੰ ਹਲਾਸ਼ੇਰੀ ਮਿਲੇਗੀ ਕਿ ਅਸੀਂ ਹੋਰ ਇਹੋ ਜਿਹੇ ਨੋਟੀਫਿਕੇਸ਼ਨਸ ਲੈ ਕੇ ਆਈਏ ਜੇ ਤੁਹਾਨੂੰ ਵੀਡੀਓ ਪਸੰਦ ਆਈ ਵੀਡੀਓ ਨੂੰ ਇਨਫੋਰਮੇਸ਼ਨ ਨੂੰ ਦਿਖਾਉਣ ਦਾ ਤੁਹਾਡੇ ਤੱਕ ਪਹੁੰਚਾਉਣ ਦਾ ਸਾਡਾ ਜਿਹੜਾ ਟੰਗ ਹੈ ਜੇ ਤੁਹਾਨੂੰ ਚੰਗਾ ਲੱਗਿਆ ਤਾਂ ਲਾਈਕ ਜਰੂਰ ਕਰਿਓ ਚੜਦੀ ਕਲਾ ਵਿੱਚ ਰਹੋ ਇੰਸਟਾਗ੍ਰਾਮ ਦੇ ਉੱਤੇ ਫੇਸਬੁੱਕ ਦੇ ਉੱਤੇ ਸਾਡੇ ਨਾਲ ਜੁੜੇ ਰਹੋ ਵੀਡੀਓ ਨੂੰ ਫੇਸਬੁੱਕ ਦੇ ਉੱਤੇ ਸਾਂਝਾ ਕਰੋ WhatsApp ਦੇ ਉੱਤੇ ਸਾਂਝਾ ਕਰੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ